जहन चौड़ी छाती वाले इंस्पेक्टर साहब। की छोटी छाती वाले? चौड़ी छाती वाले सर। तू छोटी गया पहले? हाँ सर, तो तुम्हारा जो साचा निकल गया उधर तुम चौड़ी गया सी, मैं फिर तां करके क्या सर। अच्छा इनू बहुता पता कि मेरी छाती चौड़ी है कि नहीं चौड़ी? ती सर है गी। बेटा मैं एक्सरसाइज बहुत कीती है जिंदगी च। ओने सर तो एक्सरसाइज कीती है मैं। ओने सर तन्नू भी कीता कि ती तुसी कीता सिर्फ ओनू? एक्सरसाइज में कोई रक्षा नहीं किया तन्नू की कीता? हां जी सर। एक्सरसाइज मतलब है तन्नू किन्ना को पता एक्सरसाइज बारे? योगा बारे पता? पता सर मेनू। मैं योगा मिस्त्री नहीं किया? फिर सर किदा योगा? योगा जिदा अनुलोम विलोम दा पता? हां जी सर। आ तेरे मामे दे मुंडे नहीं अनुलोम विलोम योगा च हुंदा? हां जी सर ओही कह रही हां। लोम लोम मेरा नाम पुकारे बीत गए दो नैन हमारे। आहा हा हा आवाज इहदी ट्रेन च गाण वाली है। पंगे सिद्धा रिचा शर्मा ना देखो तू गल देखो बंदे दी रेंज देखो कित्थों तक जा रही है। सर रिचा शर्मा जी ट्रेन च बैठे सीगे मैं तां टावर वर्गा मुंह है पुत्तर तेरा जिहड़ा एवें नहीं टुट जांदा सरकार कहिंदी पुट्टो पुट्टो इहदा काम नहीं हुण ते सिर्फ फ्री नहीं करवाया बंद होई किसे फोन वाली कंपनी वर्गा मुंह है तेरा जिहड़ी बंद करजे थल्ले नहीं आ जांदी। बेटा तू आंदे देख तैनूं मैं इक चीज दस्सदा जिंदगी दे विच जिहड़ी एक्सरसाइज है ना। हां जी सर। जिहड़ी सेहत है हां जी ओह बहुत जरूरी है। होवे जे तुसीं ਹੋਵੇਦਾ ਕੀ ਮਤਲਬ ਹੁੰਦੀ ਹੈ ਸਰ ਮਤਲਬ ਕਰਨੀ ਚਾਹੀਦੀ ਹੈ ਪੁੱਤਰ ਦੁਨੀਆ ਦੇ ਸਿਹਤ ਲੈ ਕੇ ਨਹੀਂ ਆਈ। ਹਾਏ ਸਰ ਤੁਹਾਡੇ ਸਾਹਮਣੇ ਏਡੀ ਸੋਹਣੀ ਸਿਹਤ ਹੈ ਦੇਖੋ ਤੇ ਬੜੀ ਸੋਹਣੀ ਸਿਹਤ ਏਡੀ ਲੰਬੀ ਗੋਤ ਆ ਮੇਰੀ ਸਰ ਹੋਰ ਦੱਸੋ ਕੀ ਚਾਹੀਦਾ ਬੰਦੇ ਨੂੰ ਕੀ ਹੈ ਏਡੀ ਲੰਬੀ ਗੋਤ ਆ ਮੇਰੀ ਸਰ ਸਾਰੀ ਖਰਾਕ ਤੇ ਪੁੱਤਰ ਗੋਤ ਨੂੰ ਦੇਤੀ ਹੈ ਤੂੰ ਸਰ ਮੈਂ ਖਿਆਲ ਆਪਣੇ ਲਈ ਵੀ ਜ਼ਿੰਦਗੀ ਚ ਕੁਝ ਬਚਾ ਲੈਂਦੀ ਸਰ ਹੁਣ ਤੁਹਾਡੇ ਦੇਖ ਤੇਰਾ ਕਿਸ ਤਰ੍ਹਾਂ ਮਤਲਬ ਕੱਪੜਿਆਂ ਉੱਤੇ ਲਾਉਣ ਵਾਲੀ ਚੁੰਡੀ ਵਰਗਾ ਮੂੰਹ ਹੋ ਗਿਆ ਜੇ ਜ਼ਿੰਦਗੀ ਚ ਕੁਝ ਖਾਵੇ ਪਨੀਰ ਪਨੀਰ ਦੇਖਿਆ ਕਦੀ ਸਰ ਦੇਖਿਆ ਸੀ ਖਾਦਾ ਤੱਕ ਨਹੀਂ ਕਦੀ ਆਹ ਮੈਨੂੰ ਪਤਾ ਨਾ ਪੁੱਤਰ ਸਾਰੀ ਉਮਰ ਤੇ ਆਪਣੇ ਰਿਸ਼ਤੇਦਾਰਾਂ ਨੂੰ ਤੁਸੀਂ ਥਰਮਾਕੋਲ ਦਿਖਾ ਦਿਖਾ ਕੇ ਕਹਿੰਦੇ ਰਹੋ ਕਿ ਪਨੀਰ ਖਾਦਾ ਸਿਰ ਪਰ ਥਰਮਾਕੋਲ ਨੂੰ ਉਬਾਲ ਦੋ ਨਾ ਵਿੱਚ ਬਾਅਦ ਚ ਗ੍ਰੇਵੀ ਕਹਿ ਦੀ ਜਾ ਕੇ ਗ੍ਰੇਵੀ ਬਣੀ ਆ ਗ੍ਰੇਵੀ ਖਾ ਲਓ ਪਨੀਰ ਘੱਟ ਸਗਾ ਤੁਸੀਂ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਦਿੰਦੇ। ਹਾਂਜੀ ਸਰ ਉਹ ਮੰਨ ਕੇ ਖਾ ਵੀ ਜਾਂਦੇ। ਅੱਛਾ ਪਹਿਲੇ ਮੈਨੂੰ ਲੱਗਦਾ ਸਿਰ ਤੁਹਾਡਾ ਟੱਬਰ ਕਮਲਿਆਂ ਦਾ, ਹੁਣ ਮੈਨੂੰ ਪਤਾ ਲੱਗਦਾ ਤੁਹਾਡਾ ਖਾਨਦਾਨੀ ਕਮਲਿਆਂ ਦਾ ਕਿਉਂਕਿ ਉਹ ਵੀ ਬੇਵਕੂਫ ਹੈ ਜਿਹੜੇ ਅੱਗੋਂ ਮੰਨ ਜਾਂਦੇ। ਇੱਕ ਵਾਰੀ ਤਾਂ ਸਰ ਸਾਡੇ ਘਰ ਸਾਗ ਬਣਿਆ ਨੀ ਤੇ ਡੈਡੀ ਆ ਕੇ ਕਹਿੰਦੇ ਸਾਗ ਬੜਾ ਫਿੱਕਾ ਬਣਿਆ ਤੇ ਮੰਮੀ ਗਾਲਾਂ ਕੱਢਣ ਲੱਗ ਪਿਆ ਕਹਿੰਦੇ ਤੂੰ ਮਰ ਜਾਣਾ ਸਾਰੀ ਮਹਿੰਦੀ ਖਾ ਗਿਆ ਜਿਹੜੀ ਵਾਲਾਂ 'ਚ ਲਾਉਣੀ ਸੀ ਮੈਂ। ਦੁਬਈ ਅੱਲੜੇ ਦੁਬਈ ਅੱਲੜੇ ਮੈਨੂੰ ਪਿੰਡ ਵਿੱਚ ਕੰਮ ਕਰ ਕਈ ਅੱਲੜੇ ਕਈ ਅੱਲੜੇ। ਕੀ ਬਾਤ ਹੈ? ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ। ਇਹ ਪੁੱਤਰ ਬੜੇ ਸਟਾਈਲ 'ਚ ਬੈਠਾ ਤੂੰ ਤੇ ਆਂਦਾ ਹੀ ਐਦਾਂ ਬੈਠਾ ਜਿੱਦਾਂ ਦੁਬਾਰਾ ਬੈਠੀ ਲੋਕਾਂ ਨੂੰ ਲੱਗਾ ਰਿਹਾ ਹਵਾ 'ਚ ਹੀ ਬਹਿ ਗਿਆ ਹੈ। ਅੱਛਾ ਲੋਕਾਂ ਨੂੰ ਪੁੱਤਰ ਖੜਾ ਵੀ ਤੂੰ ਉੱਡਾ ਹੀ ਲੱਗਣ ਡਿਆ ਸੀ। ਖੜਾ ਵੀ ਉੱਡਾ ਹੀ ਲੱਗਦਾ ਜੀ। ਹਾਂ ਤੂੰ ਬੈਠਾ ਵੀ ਉੱਡਾ ਹੀ ਲੱਗਣਾ। ਆ ਮੈਂ ਖੜਾ ਜੀ। ਲਓ ਜੀ ਹੁਣ ਬਹਿ। ਬੈਠਾ ਵੀ ਉੱਡਾ ਹੀ ਲੱਗਦਾ ਜੀ। ਬਹਿ ਆਓ ਦੇਖ ਮੈਨੂੰ ਤਾਂ ਤੇਲੀ ਦਾ ਵੀ ਨਹੀਂ ਫਰਕ ਪਿਆ ਹੁਣ। ਫਿਰ ਮੈਂ ਬੈਠੇ ਹੀ ਰਹਿਣਾ ਜੀ। ਹੈਂ? ਫਿਰ ਮੈਂ ਬੈਠੇ ਹੀ ਰਹਿਣਾ ਜੀ। ਪੁੱਤਰ ਤੂੰ ਬੈਠਾ ਹੀ ਆ ਸਾਡੀਆਂ ਜੜਾਂ 'ਚ, ਉੱਠਿਆ ਕਦੋਂ? ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ। ਠੀਕ ਹੋ ਜੀ? ਨਾ ਰਕਸ਼ਾ ਵੱਜਾ ਮੇਰੇ 'ਚ ਸਿਰ ਸਿਰ ਜਾਂਦੇ। ਮੂੰਹ ਤਾਂ ਵਿਗੜਿਆ ਨਹੀਂ ਜੀ। ਮੂੰਹ ਤਾਂ ਨਹੀਂ ਨਾ ਵੱਜਾ, ਛਾਤੀ 'ਚ ਵੱਜਾ ਆ ਕੇ। ਠੀਕ ਹੈ। ਤੂੰ ਡਾਕਟਰ ਹੈ? ਹੈਂ? ਨਹੀਂ ਵੈਸੇ ਗੱਲ ਕੀਤੀ। ਬੜੀ ਗੱਲ ਕੀਤੀ ਹੈ ਬਈ, ਇਹਨੂੰ ਵੀ ਗੱਲ ਆਉਂਦੀ ਦੇਖੋ। ਪਾਲੀ ਸਰ ਕੀ ਥਾਣੇ ਦਰਸ਼ਕਾਂ ਜੀ? ਮੁਜ਼ਾਕਪੁਰ ਕੀ ਪਾਲੀ ਇੰਸਪੈਕਟਰ ਪਾਲੀ ਕੀ ਥਾਣੇ ਦਰਸ਼ਕਾਂ ਜੀ। ਤੁਸੀਂ ਆਪ ਗਲਾਸਾਂ ਵਿੱਚ ਮਿਕਸ ਕਰ ਰਹੇ ਹੋ, ਬਰਫ਼ ਕਹਿ ਰਹੇ ਹੋ, ਸੌਰੀ ਘੱਟ ਗਈ। ਉਹਨਾਂ ਨੇ ਕਿਹਾ ਕੋਈ ਗਾਲਾਂ ਕੱਢੀਆਂ ਦੋ ਚਾਰ, ਤੁਹਾਨੂੰ ਪੈਸੇ ਭਰਪੂਰ ਦੇ ਕੇ ਗਏ, ਪਰ ਇਨਕਮ ਤਾਂ ਹੋ ਰਹੀ ਨਾ ਸਰ? ਸੱਚੀ ਯਾਰ? ਹਾਂਜੀ ਸਰ। ਬੇਵਕੂਫੇ ਸ਼ਿਕੰਜਵੀ ਜਦੋਂ ਵੇਚਾਂਗੇ ਮੰਨ ਲਾ 50 ਗਲਾਸ ਵੀ ਜੇ ਸ਼ਿਕੰਜਵੀ ਦੇ ਵਿਕ ਗਏ ਕਿੰਨੇ ਅਮੀਰ ਹੋ ਜਾਣਗੇ, ਕਿੰਨਾ ਪੈਸਾ ਆਏਗਾ। ਵਧੀਆ ਕੰਮ ਹੈ ਨਾ? ਹਾਂਜੀ ਸਰ ਬਹੁਤ। ਆਪਣੇ ਪਿਓ ਨੂੰ ਕਿਉਂ ਨੀ ਕਹਿੰਦੀ ਕਰ ਲਵੇ? ਇੱਥੇ ਤੇਰਾ ਪਿਓ ਇੱਥੇ ਬੈਠਾ ਥਾਣੇ 'ਚ, ਉਹ ਜਿਹੜਾ ਕਰ ਰਿਹਾ ਉਹ ਕਰ ਰਿਹਾ। ਆਪਣੇ ਪਿਓ ਨੂੰ ਕਹਿ ਸ਼ਿਕੰਜਵੀ ਖੋਲ ਲੈ, ਨਾ ਚਾਹੇ ਮੇਰਾ ਲੈ ਲਈ ਪਾਲੀ ਤਾਂ ਸ਼ਿਕੰਜਵੀ ਕੋਈ ਚੱਕਰ ਨਹੀਂ। ਸਰ ਤੁਹਾਨੂੰ ਪਤਾ ਜਿੰਨੀਆਂ ਰੇੜੀਆਂ ਲੱਗੀਆਂ ਇਸ ਮਜਾਕਪੁਰ ਏਰੀਏ ਵਿੱਚ? ਉਹ ਤੇਰਾ ਪਿਓ ਸਾਰੀਆਂ ਸਾਫ਼ ਕਰਦਾ ਪਤਾ ਮੈਨੂੰ। ਉਹ ਸਰ ਮੇਰੀ ਨਵੀਂ ਗੱਲ ਦੱਸ, ਉਹਨਾਂ ਦੇ ਪੈਂਚਰ ਮੇਰੇ ਡੈਡੀ ਹੀ ਲਾਉਂਦੇ ਆ ਹਮੇਸ਼ਾ। ਕਿਉਂਕਿ ਮੂੰਹ ਪੈਂਚਰ ਵਰਗਾ ਨਾ ਤੇਰੇ ਡੈਡੀ ਦਾ। ਵੈਲਕਮ ਬੈਕ ਜੀ, ਕੋਈ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਜੀ ਜਨਾਬ ਦੇ ਵਿੱਚ ਜੀ। ਅਸੀਂ ਗੱਲਾਂ ਬਾਤਾਂ ਕਰ ਰਹੇ ਸੀ, ਮੈਂ ਤਾਂ ਗੱਲਾਂ ਬਾਤਾਂ ਕਰ ਰਹੀ ਸੀ, ਇੱਕ ਦੂਸਰੇ ਦੇ ਦੁਆਲੇ ਹੋ ਗਏ ਸੀ। ਓਏ
ਦਵਾਲੇ ਨਹੀਂ ਉਹ ਜਹਾਜ਼ ਦੀ ਮੈਡਮ ਨੇ ਗੱਲ ਕੀਤੀ ਫਿਰ ਜਹਾਜ਼ ਦੀ ਬ੍ਰੇਕ ਯਾਦ ਆ ਗਈ। ਅੱਛਾ ਤੈਨੂੰ ਬੜਾ ਪਤਾ ਜੰਗੀ ਜਹਾਜ਼ ਦਾ, ਤੂੰ ਕਿੱਦਾਂ ਜੰਗੀ ਜਹਾਜ਼ 'ਚ ਬੈਠਾ? ਬਾਕੀ ਬ੍ਰੇਕਾਂ ਵੀ ਹੁਣ ਉਦਾਂ ਹੀ ਹੁੰਦੀਆਂ ਜੀ। ਤੂੰ ਕਦੀ ਜਹਾਜ਼ 'ਚ ਸੱਚੀ ਬੈਠਾ? ਨਾ ਜੀ। ਕਦੇ ਜਹਾਜ਼ 'ਚ ਨਹੀਂ ਬੈਠਾ? ਨਹੀਂ, ਬਸ ਦੂਰੋਂ ਦੇਖੇ ਹੀ ਆਈ ਜਾਂਦੇ। ਨਾ ਵੀ ਮੈਂ ਤੈਨੂੰ ਦੱਸਦਾ ਤੂੰ ਕਦੀ ਬੈਠਾ ਨਹੀਂ ਨਾ। ਨਹੀਂ ਜੀ। ਤੇਰੇ ਜਿਹੜਾ ਬਟਨ ਲੱਗਾ ਹੁੰਦਾ ਉੱਤੇ ਜੇ ਏਅਰ ਹੋਸਟੈਸ ਨੂੰ ਬੁਲਾਉਣਾ ਹੋਵੇ ਤੈਨੂੰ, ਐਡਾ ਕਮਾਲ ਦਾ ਜਹਾਜ਼ ਹੁੰਦਾ। ਅਹੇ ਜੀ। ਹਾਂ, ਇੱਕ ਵਾਰੀ ਤੇ ਮੇਰੇ ਨਾਲ ਜਹਾਜ਼ 'ਚ ਨਹੀਂ ਮਾੜੀ ਹੋਈ। ਕਿੰਨੀ ਮਾੜੀ ਸਰ? ਦੱਸਣ ਲੱਗਾ ਤੈਨੂੰ ਤਾਂ ਕਾਲੀ ਬਣੀ ਜਾਣਾ ਕਿਤੇ, ਇੰਨੀ ਮਾੜੀ ਹੋਈ। ਹਾਂਜੀ ਸਰ। ਜਿਹੜੀ ਸੀਟ ਤੇ ਮੈਂ ਬੈਠਾ ਜਹਾਜ਼ 'ਚ ਮੱਛਰ ਆ ਗਏ। ਅੱਛਾ ਜੀ। ਹਾਂ, ਇਹ ਕਿਧਰੇ ਵੀ ਚਲੇ ਜਾਂਦੇ ਆ ਜੀ। ਹੈਂ? ਮੱਛਰ ਕਿਧਰੇ ਵੀ? ਓਏ ਉਹ ਵਾਲੇ ਮੱਛਰ ਨਹੀਂ, ਅਸਲੀ ਮੌਸਕੀਟੋ। ਤੂੰ ਇਹ ਵਾਲਾ ਮੱਛਰ ਸਮਝ ਬੈਠਾ ਹੈ ਆ ਜਿਹੜੇ ਇਧਰ ਪਾਰ ਰਹਿੰਦੇ? ਹਾਂ ਜੀ। ਪਿੱਛੇ ਹੋ ਜਾਣਾ। ਪਰ ਤੁਹਾਨੂੰ ਤਾਂ ਪਹਿਲੇ ਹੀ ਪਾਸਵਰਡ ਵਗੈਰਾ ਸਾਰਾ ਕੁਝ ਉਹਨਾਂ ਨੇ ਦੇਖ ਕੇ ਹੀ ਬਿਠਾਇਆ ਸੀਗਾ ਨਾ। ਨਹੀਂ, ਪਾਸਵਰਡ ਲੱਗਦਾ ਹੀ ਨਹੀਂ ਉਹ 'ਚ। ਅੱਛਾ ਜੀ। ਹਾਂ, ਜਾਂਚ 'ਚ। ਆਹ ਤੋ ਆਪ ਹੀ ਕੀ ਪਾਸਵਰਡ ਕਿਆ ਕੀ? ਮਤਲਬ ਸਾਰੀ ਟਿਕਟ ਵਗੈਰਾ ਦੇ ਕੇ ਬਿਠਾਇਆ ਸੀਗਾ ਤੁਹਾਨੂੰ ਤੇ ਅੰਦਰ ਸਰ, ਹਨਾ? ਕਿਨਾਂ ਨੇ? ਮਤਲਬ ਜਹਾਜ਼ ਦੇ ਅੰਦਰ? ਹਾਂ, ਇਦਾਂ ਕੋ ਵੜਨ ਦਿੰਦਾ ਜਹਾਜ਼ 'ਚ? ਤੇਰੇ ਵਰਗਾ ਨਾ ਮੈਨੂੰ ਜਿੰਨ ਦਿੱਲੀ ਏਅਰਪੋਰਟ ਤੋਂ ਮੋੜਤਾ ਹੈ। ਫਿਰ ਕਿਦਾਂ ਸਰ ਮੱਛਰ ਨੂੰ ਮਨਾ ਕਰ ਸਕਦੇ ਆ? ਮਤਲਬ ਇਹ ਗੱਲ ਜਾ ਰਹੀ ਆ ਜੀ ਦੂਰ। ਦੂਰ ਜਾ ਰਹੀ ਹੈ? ਦੂਰ, ਹਾਂ ਜੀ। ਮੈਨੂੰ ਪੁੱਤਰ ਉਧਰ ਹੀ ਜਾ ਲੈਂਦੇ ਫਿਰ। ਅੱਛਾ, ਫਿਰ ਕੀ? ਫਿਰ ਮੱਛਰ ਨੂੰ ਕਿਵੇਂ ਮਨਾ ਕਰ ਸਕਦੇ ਆ ਜਦੋਂ ਉਹਨਾਂ ਨੇ ਟਿਕਟ ਤੇ ਉਹ ਕਰ ਲਿਆ, ਮਤਲਬ ਓਵਰਆਲ ਘੁੰਮ ਘੁਮਾ ਕੇ ਤੂੰ ਮੈਨੂੰ ਮੱਛਰ ਕਹਿ ਰਹੀ? ਵਾਹ, ਵੈਰੀ ਨਾਈਸ, ਹਾਈ ਐਪਰੀਸ਼ੀਏਟਿਡ, ਐਪਰੀਸ਼ੀਏਟ। ਸਰ ਤੁਹਾਨੂੰ ਲੱਗਦਾ ਮੈਂ ਤੁਹਾਨੂੰ ਮੱਛਰ ਕਹਿ ਸਕਦੀ ਹਾਂ? ਪਰ ਮੈਂ ਕਿਹਾ ਸਰ। ਹਾਂ, ਮੈਨੂੰ ਪਤਾ ਤੁਸੀਂ। ਹੁਣ ਵੇਟ ਕਰ ਥੋੜੀ ਦੇਰ ਫਿਰ ਹੁਣ। ਜੀਏ ਤੋ ਜੀਏ ਕੈਸੇ ਬਿਨ ਆਪਕੇ, ਜਿੱਦਾਂ ਪਹਿਲੇ ਜਿੰਦੇ ਹੀ ਮੈਨੂੰ ਤੇ ਅੱਜ ਹੀ ਮਿਲਿਆ, ਬਿਨ ਆਪਕੇ ਜਿੰਦਾ ਹੀ ਨਾ ਪਹਿਲੇ, ਉਦਾਂ ਹੀ ਮਾਰ। ਕੌਣ ਆ ਤੂੰ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਆਪ। ਬੜੀਆ। ਹੈਲੋ, ਕੈਸੇ ਹੋ ਮੈਡਮ? ਹੈਲੋ ਜੀ। ਕੈਸੇ ਹੋ ਮੈਡਮ? ਔਰ ਐਨੇ ਦੋ ਲੇਡੀਜ਼ ਹੱਥ ਨਹੀਂ ਮਿਲਾਤੀ ਮਾਰੇ ਯਾਰ। ਤੇ ਨਾਲੇ ਅਫਸਰ ਆ ਉਹ। ਕੌਣ? ਉਹ ਜੀ ਅਫਸਰ ਮਲਾਏ ਵਾਕੇ ਟੱਕਰਾਂ ਪੈਣਾ ਸੀ ਪੁੱਤਰ ਗੋਡੇ ਤੇ। ਥੈਂਕ ਯੂ ਜੀ। ਤੁਹਾਨੂੰ ਅਫਸਰ ਲੱਗਣ ਢਈ ਹੈ? ਇੱਧਰ ਨਾ ਕਿੱਧਰ ਕਰ ਮਰ ਜਾ, ਮੈਨੂੰ ਤੂੰ ਅਫਸਰ ਮਾਰਦਾ। ਅਫਸਰ ਲੱਗਣ ਢਈ ਤੇਰੇ ਮੂੰਹ ਤੇ ਨੂਡਲਸ। ਅਫਸਰ ਦੀ ਕੁਰਸੀ ਥੱਲੇ ਜਿਹੜੀ ਕਿੱਲੀ ਨਹੀਂ ਲੱਗੀ ਹੁੰਦੀ ਜਿਹਨੂੰ ਐਦਾਂ ਤਾਂ ਤੇ ਕਦੇ ਠਾਂ ਕਰੀਦਾ, ਉਹਦੇ ਵਰਗਾ ਮੂੰਹ ਆ ਤੇ ਤੂੰ ਉਹਨੂੰ ਅਫਸਰ ਕਹਿਤਾ ਉਹਨੂੰ। ਬੜੀਆ ਗੱਲ ਆ ਪੁੱਤਰ, ਇੱਕੋ ਬੀਅਰ ਬਾਰ ਦੀ ਕੁਰਸੀ ਦੀ ਸੀਟ ਵਰਗਾ ਮੂੰਹ ਆ ਉਹਦਾ। ਮਤਲਬ ਜੋਬ ਤਾਂ ਕਰ ਰਹੀ ਸਰਕਾਰੀ। ਹਾਂ, ਇਹ ਮੁਲਾਜ਼ਮ ਕਹਿਣ ਮੁਲਾਜ਼ਮ ਅਫਸਰ ਹੀ ਹੁੰਦੇ ਆ ਜੀ। ਸਰ ਆਪ ਇਤਨਾ ਝਗੜ ਪੜ ਲੈਂਦਾ ਯਾਰ। ਹਾਂ ਸੌਰੀ ਯਾਰ, ਝਗੜਾ ਕਿਉਂ ਕਰ ਰਹੇ ਹੋ? ਆਪ ਇਤਨਾ ਝਗੜਾ ਕਿਉਂ ਕਰ ਰਹੇ ਹੋ? ਇਹ ਦੇਖੋ ਛੋਟਾ ਤਾਂਡਵ, ਚੇਅਰ ਪਕੜਾ ਮੇਰੇ ਕੋ। ਚੇਅਰ ਨਹੀਂ, ਇਹ ਤੇਰੇ ਪਾਪੇ ਵਾਲਾ ਸਟੂਲ ਆ ਇਹ। ਅੱਛਾ ਅੱਛਾ, ਇਹ ਪਕੜਾ। ਆਪ ਕੋ ਕੈਸੇ ਪਤਾ ਇਨਕੇ ਪਾਪੇ ਵਾਲਾ? ਮਤਲਬ ਇਨਕੋ ਸਮਝ ਹੋਣੀ ਜੀ ਨਾ ਜੀ। ਲੋ ਜੀ, ਇਨਕੋ ਸਭ ਤੁਮ ਦੁਨੀਆ ਮੇਂ ਸਮਝ ਪਹਿਲੇ ਲੈ ਕੇ ਆਏ ਥੇ। ਐਸਾ ਤੁਮ ਆ ਕੌਣ ਹੋ ਤੁਮ? ਜੀ ਮੈਂ ਭੁਖਵਿੰਦਰ ਸਿੰਘ ਹੋ। ਭੁਖਵਿੰਦਰ ਸਿੰਘ? ਜੀ ਜੀ ਜੀ। ਹਾਂ ਤੋ ਕਿਆ ਕਰੇ ਫਿਰ, ਭੁੱਖ ਪਾਣ ਆਇਆ ਥੇ? ਕੌਣ ਆ? ਆਪਨੇ ਮੁਝੇ ਪਹਿਚਾਨਾ ਨਹੀਂ, ਮੈਂ ਬਾਲੀਵੁੱਡ ਸਿੰਗਰ। ਕਿਉਂ ਪਛਾਣਾ ਨਹੀਂ? ਤੁਮ ਕਿਆ ਟਰੱਕ ਨੀਚੇ ਆਈ ਲਾਸ਼ ਹੋ ਜੋ ਪਛਾਣ ਮੇ ਨਹੀਂ ਆ ਰਹੀ? ਬੰਦਾ ਆ ਗਿਆ, ਕੌਣ ਆ, ਕਿਹਨਾਂ ਦਾ? ਉਹ ਤੁਮ ਬਈ, ਇਹ ਥਾਣਾ ਹੀ ਹੈ ਨਾ? ਹੂੰ, ਥਾਣਾ ਹੀ ਹੈ ਨਾ? ਨਹੀਂ, ਪਹਿਲੇ ਸੇ ਪਹਿਲੇ ਸਕੂਲ ਹੈ। ਅਸ਼ਟਾਰ ਐਂ ਥੋੜੀ ਲਾਇਆ? ਹਾਂ, ਕਿਵੇਂ ਲਾਇਆ? ਇਹ ਲਵਾਏ ਆ ਸਰਕਾਰ ਨੇ ਲਾਇਆ ਜੀ। ਸਰਕਾਰ ਨੇ ਨਹੀਂ, ਟੇਲਰ ਨੇ ਲਾਏ ਆ। ਉਹਦਾ ਹੱਥ ਪੈਂਦਾ ਮੇਰੇ ਸੂਈ ਚੁੱਭੀ, ਮੈਂ ਤਾਂ ਨਹੀਂ ਲਾਏ। ਹਾਂਜੀ ਹਾਂਜੀ, ਥਾਣਾ ਹੀ ਹੈ ਜੀ। ਤੋ ਯਹਾਂ ਪੇ ਮੈਂ ਰਪਟ ਲਿਖਾਨੇ ਪੇ ਆਇਆ ਹੂੰ। ਤੋ ਯਹਾਂ ਰਪਟੀ ਲਿਖਾਤੇ ਆਪਕੋ ਕਿਆ ਲਗਤਾ ਮੈਂ ਯਹਾਂ ਕਾਲਾ ਇਲਮ ਲਿਖਤਾ ਹੂੰ? ਰਪਟੀ ਲਿਖੀ ਜਾਤੀ ਯਹਾਂ ਪੇ। ਆਪ ਸਮਝ ਕਿਉਂ ਨਹੀਂ ਰਹੇ? ਕੈਸੇ ਸਮਝੋ, ਆਪ ਕੌਣ ਹੈ, ਕਿਆ ਹੈ, ਕਿਉਂ ਹੈ? ਦੇਖੀਏ, ਮੈਂ ਬਾਲੀਵੁੱਡ ਸਿੰਗਰ ਹੂੰ, ਭੁਖਵਿੰਦਰ ਸਿੰਘ। ਉਹ ਕੌਣ ਹੈ? ਇਹੀ। ਅੱਛਾ, ਓਹ ਸੁਖਵਿੰਦਰ ਸਿੰਘ? ਨਹੀਂ 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 ਨਹੀਂ, ਭੁਖਵਿੰਦਰ ਸਿੰਘ। ਇਹਨਾਂ ਦਾ ਸਰ ਉਹ ਵਾਲਾ ਗਾਣਾ ਆਇਆ ਸੀ, ਮੈਨੂੰ ਯਾਦ ਆ ਗਿਆ। ਕਿਹੜਾ? ਜਿਹੜਾ ਰਿਲੀਜ਼ ਨਹੀਂ ਸੀ ਹੋਇਆ ਸਰ, ਉਹਨਾਂ ਨੇ ਕਹਿਤਾ ਸੀ ਕਿ ਤੈਨੂੰ ਯਾਦ ਕਿੱਦਾਂ ਆਇਆ ਫਿਰ? ਸਰ ਕਿਉਂਕਿ ਗਾਣਾ ਆਉਣ ਵਾਲਾ ਸੀਗਾ, ਰੋਲਾ ਪਿਆ ਸੀਗਾ ਕਾਫੀ। ਤੇਰੇ ਵਰਗੀਆਂ ਆਪਣੇ ਗਾਣੇ ਕੱਢ ਕੇ ਨੇ 3-4। ਹਾਂਜੀ ਸਰ। ਟੇਪ ਲੈ ਕੇ ਫਿਰ ਮੇਲੇ ਦੇਖਦੀਆਂ ਤਰੀਕਾਂ, ਉਸੇ ਮੇਲੇ ਤੇ ਆਪਣੀਆਂ ਟੇਪਾਂ ਲਾ ਕੇ ਮੰਜੇ ਤੇ ਵੇਚਣੀ। ਮੈਂ ਗਾਇਆ ਆ ਭਾਜੀ, ਉਹ ਮੇਰੇ ਰਿਸ਼ਤੇਦਾਰਾਂ ਨੇ 3 ਨਹੀਂ, ਚੌਥੀ ਤੁਸੀਂ ਲੈ ਲਓ। ਪੈਸੇ ਨਹੀਂ ਲੈਂਦੇ ਹੁੰਦੇ ਸਰ, ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਕਿ ਵਾਲੀ ਫ੍ਰੀ 'ਚ ਲੈ ਜਾਓ, ਸੁਣ ਲਓ ਮੇਰੇ ਗਾਣੇ। ਆ ਤੇ ਨਾਲ ਉੱਤੇ ਲਿਖਿਆ ਹੁੰਦਾ ਲਾਈਕ ਐਂਡ ਸ਼ੇਅਰ ਕਰ ਦਿਓ। ਸਰ ਮੈਂ ਭੁਖਵਿੰਦਰ ਸਿੰਘ ਹੂੰ, ਯਹਾਂ ਮਜ਼ਾਕਪੁਰ ਮੇਂ ਮੇਰਾ ਸ਼ੋਅ ਥਾ ਰਾਤ। ਭੁਖਵਿੰਦਰ ਸਿੰਘ? ਪਰ ਬਾਲੀਵੁੱਡ ਮੇਂ ਤੋ ਸੁਖਵਿੰਦਰ ਸਿੰਘ ਹੈ ਇੱਕ। ਹਾਂ, ਵੋ ਸੁਖਵਿੰਦਰ ਸਿੰਘ ਹੈ, ਉਸਕੋ ਬਹੁਤ ਸਾਰਾ ਸੁਖ ਮਿਲਾ ਥਾ। ਹਾਂ ਸੁਖਵਿੰਦਰ, ਹਾਂਜੀ ਹਾਂਜੀ। ਤੋ ਮੈਂ ਭੁਖਵਿੰਦਰ ਸਿੰਘ ਹੂੰ, ਮੈਂ ਭੁੱਖ ਮਤਲਬ ਲੜ ਲੜ ਕੇ ਆਪਣੀ ਵੋ ਸਟਰਗਲ ਯਹਾਂ ਤੱਕ ਪਹੁੰਚੇ ਹੈ। ਹਾਂ, ਲੋਗੋ ਕੇ ਸਾਹਮਨੇ ਲੈ ਕੇ ਆਇਆ ਹੂੰ। ਭਾਈ, ਅਗਰ ਆਪ ਇਤਨੀ ਸਟਰਗਲ ਕੇ ਬਾਅਦ ਯਹਾਂ ਪਹੁੰਚੇ ਹੈ, ਇਹ ਚੌਂਕ ਚੋਂ ਰਿਕਸ਼ਾ ਕਰਾਉਣ ਦੇ ਆਰਾਮ ਨਾਲ ਛੱਡ ਦੇਣਾ ਇਹਨੇ। ਮੇਰੇ ਕਹਿਣੇ ਕਾ ਮਤਲਬ ਮੈਂ ਸੈਲੀਬ੍ਰਿਟੀ ਬਣਾਉਂ। ਅੱਛਾ ਅੱਛਾ, ਅਬ ਮੇਰੇ ਕੋ ਯਾਦ ਆਇਆ। ਆਏਗਾ, ਮੈਂ ਆਪਕੋ ਨਹੀਂ ਦੇਖਾ ਹੋਗਾ ਕਹੀਂ ਪੇ, ਅਬ ਆਇਆ ਮੇਰੇ ਕੋ, ਪਹਿਲੇ ਨਹੀਂ ਮੇਰੇ ਦਿਮਾਗ ਮੇਂ ਆ ਰਹਾ। ਆਪਨੇ ਵੋ ਗਾਣਾ ਸੁਣਾ,
चलो छैया चलो छैया, वो मेरा नहीं था हाँ? वो मैंने गाना था हाँ? वो मैंने सुखविंदर जी को दे दिया था फिर। अच्छा अच्छा, तो आपके अच्छे दोस्त है सब। पर एक चीज बताएं आप। हाँ जी जी पूछिए। आपने मेरे जैसे टर्बन बांधी हुई है, मतलब पग बनी हुई है तुसी? हाँ जी, मैं भी पग बनी हुई है। मैं पंजाबी से गल कर, तुसी हिंदी क्यों बोल रहे हो ज्यादा? आई लाइक पंजाबी। यू लाइक पंजाबी? हाँ, जो पंजाब की कौम है वो बहादुर है, शेर है। अच्छा, इसीलिए मैं टर्बन बांधते हो? टर्बन बांधता हूँ। ये तो अच्छी बात है। आप क्यों बांधते हो भाई? मेरे तो ड्यूटी है ना, मैं तो हूँ ही शुरू से ऐसे, और ड्यूटी पे तो हमें बांध कहते ही हम। आप भी बड़े माशाल्लाह खूबसूरत लग रहे हो। थैंक यू जी, थैंक यू। आप भी लग रहे हैं सर, आप भी लग रहे हैं। तो रिपोर्ट लिखिए फिर। हाँ जी, क्या रिपोर्ट, क्या क्या चक्कर क्या पड़ गया आपका? सर मेरा मजाकपुर में यहाँ पे शो था। आपका मजाकपुर में मजाक तो नहीं बना कोई? मजाक आपको कैसे पता? आप शो में तो नहीं थे क्या? आपका शो था यहाँ पे? नहीं, आप तो पंजाबी में बात कर रहे हो। दादा क्यों नहीं कुछ पिंड च शो हो रहा? पाली नु पता ही कुछ नहीं ना, मैनु कोई इनविटेशन। सरपंच दा भी इलाज करना पैना। मिला परसों जसा रेडियो वाले दा भी प्रोग्राम इथे लागे। किथे राती खड़ा है सर? ते फिर तो तू उस दिन बिजी है। एनो सारे प्रोग्राम रेडियो लागे तो तू ही खलोएगी। ताई तो सारे प्रोग्राम पता जी। किन्नू ओइने तो पुत्र सारे लंगरा दा भी पता कि लंगर किथे किथे है। एना टप्पल टीवी देख रहा जी। हां, जंग दा लान होया ओन टीवी च। एना टीवी बंद करता जी। हम ओ पता की कहंदे? इदी मम्मी कहंदी हुण आपा सेफ आ। चंड मरा तेरे मुंह ते, मुलाजम है वो, हसे पान लग जाना इत्थे तू। ओ मुलाजम नु सिद्धी गल कहती, एक दिन ओदी मां ते है ही ओहो जी। तो तू बुखविंदर रखना ही थे। ओहो, बुखविंदर के साथ फ्रैंक हो गए हो तुम? ओ सेलिब्रिटी है, नहीं भी बंदे दा मुंह ओहो जिहा हुंदा, पर मन्निया ते करो ये सेलिब्रिटी है। जी अमरूद ते पैर रखा हुंदा। जे वाकई तेनू सची जिन मिल जाए ते तेनू कवे तीन ख्वाहिशां केड़ियां तेरियां, की बकेगा की मंगेगा? मतलब ख्वाहिशां पूरियां करदे जिन? मैनू तो पता नहीं करदे की है। नहीं, जिन तुहाडे कपड़े सींदे है। ख्वाहिशां पूरियां करदे पर तीन विश दिंदे आ। अच्छा, अलादीन नहीं देखिया कदे? अलादीन देखिया जी। देखिया ना ओ पूछा जी वाले, ओ चोटी वाले? हां 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 हां। ते ओ तीन विशां मंगदे आ। ते जे तेरे को सच्ची जिन आए तू की मंगेगा? रोटी कपड़ा मकान जी। विशा बका दे ना मंगी, जिदे लई सारी उम्र धक्के खांदा रहे लोकां कोलों। थोड़ा जिहा मांग ली, तीन इंच नहीं मांग सकदा? आदा की करना जी? अच्छा, रोटी कपड़ा मकान मंगना है इन्हे? जे जिन भी आ गया देख लो, हुण की खाना? बजरी रेता ते सीमेंट? मतलब चोखा, चोखा मंगना जाना है? चोखा तो दिल्ली मिलदा है लिट्टी चोखा? चोखा ना मांग, फिर नाल मंगना ना लिट्टी भी मांग, फिर बनना लिट्टी चोखा। इस जैसे लोगों को तो धोखा ही मिल सकता है। अरे यार, एक अभी मैंने गाना बिच बढ़ जा। एक ही हुंदा रूहदारी सुननी है जी। ते पुत्र कन्ना ना सुननी है कि मुंह ना सुननी है? तू मर जाना, रूह च ही फड़न लगा सी। सरू तो दिखण लगा जदा सच्ची रूह च चल जाना। पुत्र ध्यान ना देखना, रूह पिंजन वाली मशीन वरगा मुंह नहीं इहदा। इंज 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 सर किन्ना नु आखे जी? नहीं सर, इन्हां नु तानू कह सकदे तुहाडी ना उदू ही पैड़ी आ, तुसी ना टेंशन लो। हां सॉरी सर, मैं यहाँ पे रिपोर्ट लिखाने के लिए आया हूँ। मैं मान गया हूँ, मैं कौन सा गांव का ऐसे लिखने लगा हूँ? मैं रिपोर्ट लिखूंगा। मैं यहाँ पे आपका एंटरटेनमेंट नहीं करने आया हूँ। मैं कोई मलका सरावत नहीं हूँ। हैं? मलका सरावत वो लग भी नहीं सकते हो, ज्यादा सोनी है। सोनी चीज का ही नाम लेना चाहिए। हाँ,
तो अभी मैंने एक नया गाना कंपोज किया है। अच्छा, आपने दिलजीत जी का नाम सुना होगा। नहीं हमने क्यों सुना, हम तो बिहार में रहते हैं ना, वो साढ़े पंजाब के आर्टिस्ट ने जी, असी क्यों नहीं सुने, साढ़े स्टार ने, मेगा स्टार ने। तो अभी मैंने उनको एक सॉन्ग दिया है कंपोज करके। आपने उनको सॉन्ग दिया? हिंदी का पंजाबी वर्जन किया है मैंने। अच्छा, हाँ जी, हाँ जी, सुनाए जरा। एक हो जी लड़किया जिनू मैं प्यार करदा, एक हो जी लड़किया जिनू मैं प्यार करदा, ओ कहो जी लड़किया जिनू तू प्यार करदा, जौदा मैं ओदे बिना नहीं रह सकदा, जौदा मैं ओदे बिना नहीं रह सकदा, तेरियां यादां सतौंदियां मैनू किवें मैं भुल्लां कुड़िए, किवें मैं भुल्लां मैं करदा प्यार तू मेरी कदर न जाने, जी कुड़ी सी जिदे ना मैं प्यार करदा सी, एक एहो जी कुड़ी सी जिदे कोलो ए दार मंगदा सी, लंगदा जदो गली विचों। पुत्र जाली साफ करा पहला, हार पिक ना, सॉरी सर, गली च चिक्कड़ जमा होया सर। पुत्र तैयार ना गरारे कर, टाइम कट के तेरा फेर गला साफ होना, सिर तजाब खराब होना की फायदा सर। तू गरारे कर रहे ना, तेरे तजाब नहीं खराब होना, बाहर सुटना अंदर ना लगाई सर, मैं तजाब जीभ ते पाया सर, होर तरह टेस्ट ना, टेस्ट नहीं चंगा लगा, लगा टेस्ट नहीं सही है, मसाला पा लियो तू थोड़ा जा, मैगी मसाला ना, मिर्च ले ली नाल तेरे की पहला पुत्र दोनों ने। हां जी सर, क्या बात है, मैं बड़े सिंगर देखे तो डरगा लांती कोई नहीं देखा, मतलब तानू इन्नी गल नहीं समझ आई कि तुसी इतना औखा करता गाने में, नहीं ये तो बड़ा अच्छा गाना सीन दी थी, ये लांती मतलब क्या होता है, ये होता है एप्रिसिएशन। ओह माय, एक बार और कहो, या यू आर अ वेरी बिग लांती। यस, थैंक यू सो मच पाली जी, पता है क्या, मैंने आपसे ऐसा थानेदार देखा ही नहीं। या एक्चुअली क्या हमारी हमारे मजाकपुर की एक ट्रेडिशन है, हमारे मजाकपुर का एक कहते हैं कि वो कुछ है गल बात कितने ना कितने, तो उसमें हम जो मेहमान आते हैं उनको हम सच में दिल से रिस्पेक्ट करते हैं, बस यू आर सो डिस्गस्टिंग, ये आपका प्यार है, सो वियर्ड, सो डिस्गस्टिंग, यू आर ट्रूली डिस्गस्ट, ये आपका प्यार है जो आप हमें इतनी लांत देते हो, बस बस क्या करें जी, हमारे पास इतनी पड़ियां, बाकी दिनों दिन तो मेरे को ऐ ले जंदी है सवेरे सवेरे, ये भी बाकी जड़ियां बचदियां ओए ले, दे आर वेरी लांती। यस, ये गाती है लड़की, ये लड़की गाती भी है बड़ा अच्छा, मैंने आपको सच बताना था, आप तो सर वाकई कहते हैं हीरे की जो परख है वो जौहरी को पता होता है, और पते दी परख जौहरी नु पता होता है, सो इन्होंने पता कर लिया, ते बेटा दस। हां जी सर, मैं भी, मैं आई एम सिंगिंग सो स्मार्ट। हां देखो तुसी मैडम जी इन्हां नु सर कहता ही नहीं, वो सर असल हैंड पंप दी मुरे टेढ़ी पाइप नहीं हुंदी, हैड ए हैंड पंप है, ए ते साइकिल वाला पंप है, है तो पंपी। अच्छा, आप तो बॉम्बे रहते हो, आपको हेड पंप का पता है ही तो नहीं। पंपी है ना, है तो पंपी है, आगे की बात आप कर लो, मैं अब छोड़ो आपको, आपने पंप का इशारा ही गलत कर दिया, तो हाँ जी सर, मैं बोली सुनाओ सर, हिंदी में अगर हो जाए तो अच्छा लगेगा। एक सेकंड देंगे जरा, अपना गटर का मुंह बंद करोगे, दो मिनट हाथ उठा लो, मैं पुत्र बंदा ओही जिहड़ा मौके नूं सांभ लवे, तेरा प्यो पालदा ही रहा उहनां नूं, सांभिया ही नहीं उहनां नूं, उन्होंने कटा लिया, इन लोगों ने ना मौका नहीं सांभा, इन लोगों ने गिद्दड़ सिंह की सांभी हुई है,
वो जो संदूर में नहीं सामते कुछ दौलत आ जाएगी, कमाई बरकत पड़ती बस जब से वो रखी है ना उदो का लैंटर चौंदा है ना मैनू छेती अपनी आर सी दी मैं ना कहते कहता मुंडे नू दिखा दे मैनू अपनी तू आर सी दी मैं ना कहते कहता मुंडे नू। अच्छा कल दी गल है जेड़ा तू चला उथे लान गई है बैरियर। हां जी सर। अच्छा फिर की होया जद मुंडे आ होई सी रेड लाइट जद मुंडे आ होई सी रेड लाइट रेड लाइट हां हाय सर लाइट फट गई रुक जो लाइट मैं कुछ नहीं किया रेड लाइट क्रॉस तो की के नहीं वे सचो सच दस मेनू तू हाय वे सचो सच दस मेनू तू ड्राइविंग कर दे ओए दारू बत्ती पीली होगी मर जाना बत्ती पीली होगी